ਪਿੰਡ ਖੜਾ ਸਾਰਾ ਵੀ ਮੈਂ ਕਿਸੇ ਦਾ ਮਾੜਾ ਕਰਿਆ ਹੋਵੇ, ਕਿਸੇ ਬੰਦੇ ਨੂੰ ਮੈਂ ਕਹਿ ਸਕਦਾ ਮੈਨੂੰ ਵੀ ਕਿਤੇ ਮਾੜਾ ਹੋਇਆ ਹੋਵੇ, ਮੈਂ ਇੰਨਾ ਸਾਰੇ ਪਿੰਡ ਵਾਸਤੇ ਇੰਨੀ ਕਿਰਤ ਕਮਾਈ ਕਰੀ ਆ। ਪਰ ਇਹਨਾਂ ਪੁੱਤ ਮੈਨੂੰ ਮੇਰੇ ਸਾਰੀ ਮੁੜਕੇ ਸੂਟ ਮਾਰਦਾ ਸੂਟ ਤੇਰਕ ਪੂਰੀ ਕਰਿਆ ਸੀ, ਛੁੱਟੀ ਕੱਟ ਕੇ ਗਿਆ ਗਾ, ਖੁਸ਼ੀਆਂ ਖੁਸ਼ੀ ਨਾਲ ਤੋਰਿਆ ਗਿਆ, ਵਧੀਆ ਮੇਰਾ ਪੁੱਤ ਸ਼ਗਨ ਕਰਾ ਕੇ ਗਿਆ, ਸਾਡੇ ਰਿਸ਼ਤੇਦਾਰੀ ਚ ਕੁੜੀ ਆਪਦੀ ਆਪਦੀ ਮਰਜ਼ੀ ਨਾਲ ਜਮਾ, ਸਾਡੇ ਸਾਰੇ ਪਰਿਵਾਰ ਦੀ ਮਰਜ਼ੀ ਨਾਲ ਸ਼ਗਨ ਲਿੱਤਾ ਗਾ, ਕੋਈ ਵੀ ਟੈਨਸ਼ਨ ਨੀ ਕਿਸੇ ਗੱਲ ਦੀ, ਸਾਡੇ ਘਰ ਦੇ ਵਿੱਚ ਕੋਈ ਟੋਟ ਨੀ, ਪਰਮਾਤਮਾ ਨੇ ਰੱਖੀ, ਮੈਂ ਸਾਰੇ ਪਿੰਡ ਨੂੰ ਪਤਾ ਬਹੁਤ ਮਿੰਟ ਕਰੀ ਆ, ਮੇਰਾ ਹੀਰੇ ਵਰਗਾ ਪੁੱਤ ਸੀ, ਮੇਰਾ ਪਤਾ ਨੀ ਕੀ ਗੱਲ ਹੋਈ ਆ ਕੀ ਨਾ ਹੋਈ ਆ ਮੈਨੂੰ ਨੀ ਪਤਾ ਉੱਥੇ, ਪਰ ਮੇਰਾ ਹੀਰੇ ਵਰਗਾ ਪੁੱਤ ਸੀ। ਕਦੋਂ ਗੱਲ ਹੋਈ ਸੀ ਲਾਸਟ ਵਾਰ, ਕੀ ਕਹਿੰਦਾ ਸੀ? ਮੈਨੂੰ 6:30 ਵਜੇ ਸਹੀ 10 ਤਰੀਕ ਨੂੰ 6:30 ਵਜੇ ਗੱਲ ਹੋਈ ਆ ਮੇਰੇ ਨਾਲ, ਮੈਂ ਗੱਡੀ ਤੇ ਮੇਰੀ ਕਮੈਂਡ ਚੱਲਦੀ ਆ, ਮੈਂ ਬਾਹਰ ਨੂੰ ਤੋਰ ਕੇ ਆਇਆ ਸੀ ਮੇਰੇ ਮਾਸੀ ਦੇ ਮੁੰਡੇ ਨੂੰ, ਉਹਦੇ ਨਾਲ ਮੇਰੀ ਬਹੁਤ ਵਧੀਆ ਗੱਲਾਂ ਹੋਈਆਂ, ਕਹਿੰਦਾ ਡੈਡੀ ਕਿੱਥੇ ਆ, ਮੈਂ ਪੁੱਤ ਮੰਡੀ ਕੋਲੋਂ ਚੱਲ ਪਿਆ ਮੋੜ ਮੰਡੀ ਕੋਲ ਆ ਗਏ ਆ, ਮੋੜ ਮੰਡੀ ਕੋਲ ਆ ਕੇ ਇਹਨੇ ਮੇਰੇ ਨਾਲ ਗੱਲਾਂ ਕਰੀਆਂ ਪੂਰੀਆਂ ਵਧੀਆ, ਕਹਿੰਦਾ ਡੈਡੀ ਮਸ਼ੀਨ ਕਰਤੀ ਤਿਆਰ, ਕਮੈਂਡ ਦਾ ਬਹੁਤ ਸੌਂਕੀ ਸੀ, ਟਰੈਕਟਰਾਂ ਦਾ ਬਹੁਤ ਸੌਂਕੀ ਸੀਗਾ, ਇਹਨੇ ਬਹੁਤ ਇੱਥੇ ਮਿਹਨਤ ਕਰੀ ਆ, ਮੇਰੇ ਪੁੱਤ ਵਰਗਾ ਕੋਈ ਪੁੱਤ ਨਹੀਂ ਬਣ ਸਕਦਾ, ਬਹੁਤ ਸੋਹਣੀਆਂ ਗੱਲਾਂ ਕਰੀਆਂ। ਹੁਣ ਉਹਦੀ ਭਤੀਜੀ, ਮੇਰੀ ਭਤੀਜੀ ਦਾ ਵਿਆਹ ਸੀ, ਉਹਦੀ ਭੈਣ ਦਾ, ਛੁੱਟੀ ਕਟਾਈ ਹੋਈ ਆ 24 ਤਰੀਕ ਦੀ ਉਹਦੀ, ਉਹਨੇ ਆਉਣਾ ਸੀ, ਮੇਰੀ ਗੁੜੀ ਆ ਕੈਨੇਡਾ ਸੀ, ਉਹ 14 ਤਰੀਕ ਦੀ ਉਹਦੀ ਟਿਕਟ ਸੀਗੀ, ਦੋਨੇ ਪਹਿਲੇ ਪੰਜਾਂ ਨੇ ਇਕੱਠੇ ਹੋ ਕੇ ਇੱਥੇ ਬਹੁਤ ਵਧੀਆ, ਕਹਿੰਦੇ ਸੀ ਮਾਹੌਲ ਬਣਾਵਾਂਗੇ ਵਿਆਹ ਦਾ, ਡੈਡੀ ਤੂੰ ਟੈਨਸ਼ਨ ਛੱਡ ਦੇ ਸਾਰੀਆਂ ਟੈਨਸ਼ਨਾਂ ਲਾ ਦੇ, ਕਹਿੰਦਾ ਮੈਂ ਸਾਂਭੂਗਾ, ਇੰਨਾ ਮੇਰਾ ਹੀਰੇ ਵਰਗਾ ਪੁੱਤ ਸੀਗਾ। ਹਾਂ ਮੈਂ ਇਹ ਕਹਿਣਾ ਗਾ, ਮੈਂ ਅੱਖਾਂ ਠੀਕ ਆ ਮਨ ਕਰਨਾ ਵੀ ਇਹ ਦੇਸ਼ ਵਾਸਤੇ ਸ਼ਹੀਦ ਹੋਇਆ, ਕੋਈ ਮੇਰੇ ਪੁੱਤ ਨੇ ਉਹ ਨਹੀਂ ਖਾਧਾ, ਕੋਈ ਨੁਕਸਾਨ ਨਹੀਂ ਕਰਿਆ, ਮੇਰਾ ਕਿਸੇ ਪਿੰਡ ਦਾ ਨੁਕਸਾਨ ਨਹੀਂ ਕਰਿਆ, ਕੋਈ ਉਹਨੇ ਬੈਲ ਨਹੀਂ ਕਰਿਆ, ਅੱਜ ਤੱਕ ਕਿਸੇ ਦਾਰੂ ਮੀਟ ਆਂਡਾ ਜਰਦਾ ਪੀਂਦੇ ਸਾਡਾ ਪਰਿਵਾਰ ਕੋਈ ਹੱਥ ਨਹੀਂ ਲਾਉਂਦਾ, ਸਾਰਾ ਪਰਿਵਾਰ ਪੈਸੇ ਨੂੰ ਆ। ਪੂਰਾ ਦੇਸ਼ ਅੱਜ ਅੰਮ੍ਰਿਤਪਾਲ ਦੇ ਲਈ ਹੰਝੂ ਬਹਾਰ ਹੈ, ਕਿਉਂਕਿ ਅੰਮ੍ਰਿਤਪਾਲ ਕੱਲਾ ਤੁਹਾਡਾ ਬੇਟਾ ਨਹੀਂ ਸੀ, ਪੂਰੇ ਦੇਸ਼ ਦਾ। ਹਾਂ ਪੂਰੇ ਦੇਸ਼ ਦਾ, ਜਦੋਂ ਦੇਸ਼ ਵਾਸਤੇ ਮੈਂ ਦੇਤਾ ਸੀਗਾ ਉਹਨਾਂ ਨੂੰ, ਮੈਂ ਦੇਸ਼ ਵਾਸਤੇ ਦਿੱਤਾ ਸੀਗਾ ਵੀ ਦੇਸ਼ ਦੀ ਸੇਵਾ ਕਰੂ ਮੇਰਾ ਪੁੱਤ, ਵੀ ਮੈਨੂੰ ਸੂਬੇਦਾਰ ਮੈਨੇਜਰ ਬਣ ਕੇ ਉਹ ਮੈਂ ਤਾਂ ਇਤਿਹਾਸ ਕਰੀ ਸੋਹਣੇ ਬਣ ਕੇ ਮੇਰੇ ਪੁੱਤ ਤੇ, ਪਰ ਮੈਨੂੰ ਮਹਾਰਾਜ ਨੂੰ ਵੀ ਮਨਜ਼ੂਰ ਹੋਰ ਗੱਲ ਸੀਗੀ। ਇੱਕ ਲੌਤਾ ਪੁੱਤ ਮਾਂ ਬਾਪ ਦਾ ਜਿਹੜਾ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ, ਦੁਨੀਆਂ ਤੋਂ ਚਲਾ ਗਿਆ, ਤੁਸੀਂ ਉਹਦੀ ਮਾਂ ਦੇ ਹਾਲਾਤ ਵੀ ਦੇਖ ਲਏ, ਪਿਓ ਦੇ ਪਰਿਵਾਰ ਦੇ ਹਾਲਾਤ ਦੇਖ ਲਏ। ਅੰਮ੍ਰਿਤਪਾਲ ਸਿੰਘ ਇੱਕ ਲੌਤਾ ਪੁੱਤਰ ਸੀ, 19 ਸਾਲ ਦੀ ਉਮਰ ਸੀ, ਬੜੀਆਂ ਉਮੀਦਾਂ ਹੁੰਦੀਆਂ ਮਾਂ ਬਾਪ ਨੂੰ, ਪਰ ਜਦੋਂ ਦੁਨੀਆਂ ਤੋਂ ਚਲਿਆ ਜਾਵੇ, ਜਿਹਨੇ ਮਾਂ ਬਾਪ ਦਾ ਸਹਾਰਾ ਬਣਨਾ ਸੀ, ਅੱਜ ਉਹਨਾਂ ਮਾਂ ਬਾਪ ਦੇ ਕੰਧਿਆਂ ਤੋਂ ਚਲਾ ਗਿਆ। ਪਰ ਮੇਰੀ ਸਰਕਾਰ ਅੱਗੇ ਬੇਨਤੀ ਹੈ ਵੀ ਇਹ ਗਰੀਬ ਘਰ ਦੇ ਵਿੱਚ ਉੱਠਿਆ ਸੀਗਾ,
ਤਾਂ ਇਹਦੀ ਫੁੱਲ ਜ਼ੋਰ ਤੇ ਮਦਦ ਕੀਤੀ ਜਾਵੇ। ਸੈਸ਼ਨ ਨੂੰ ਸਾਡੇ ਨੂੰ ਪਤਾ ਲੱਗਿਆ, ਉਹਨਾਂ ਨੇ ਮੇਰੀ ਡਿਊਟੀ ਇੱਥੇ ਸਾਰੀਆਂ ਰਸਮਾਂ ਨਿਭਾਉਣ 'ਤੇ ਲਾਈ ਹੈ, ਅਤੇ ਮੈਂ ਉਹ ਰਸਮਾਂ ਨਿਭਾਉਣ ਵਾਸਤੇ ਇੱਥੇ ਪਹੁੰਚਿਆ। ਅਤੇ ਅੰਮ੍ਰਿਤਪਾਲ ਸਿੰਘ ਇਹ ਨੌਜਵਾਨ ਦਾ ਨਾਂ ਸੀਗਾ, ਉਮਰ ਇਹਦੀ ਲਗਭਗ 20-21 ਸਾਲ ਦੇ ਇੱਟੇ ਗਿੱਟੇ ਸੀ, ਅਤੇ ਇਹ ਜੰਮੂ ਦੇ ਵਿੱਚ ਸ਼ਹੀਦ ਹੋ ਗਿਆ ਸੀ। ਪਹਿਲਾਂ ਸਰ ਸਾਡੇ ਬਹੁਤ ਹਾਲਾਤ ਮਾੜੇ ਸੀਗੇ, ਅਸੀਂ ਛੋਟੇ ਛੋਟੇ, ਮੇਰਾ ਚੌਲ ਮਿਲ ਗਿਆ ਪਹਿਲਾਂ ਤਾਂ, ਦੋ ਭਾਈਆਂ ਸੀ ਅਤੇ ਮੇਰੇ ਭਤੀਜਿਆਂ ਨੇ ਹੁਣ ਭਰਤੀ ਹੋਏ ਸੀਗੇ ਜੀ, ਸਾਰੇ 9 ਕੁ ਮਹੀਨੇ ਹੋਏ ਇਹਨੂੰ, ਅਤੇ ਵਿਚਾਰਾ ਸ਼ਹੀਦ ਹੋ ਗਿਆ ਉੱਥੇ ਲੈਂਡਰਾਂ 'ਚ, ਜੰਮੂ 'ਚ ਬਾਰਡਰ 'ਚ। ਬਹੁਤ ਦੁੱਖ ਵਾਲੀ ਗੱਲ ਹੈ ਜੀ, 20 ਸਾਲ ਦੀ ਉਮਰ ਹੈ ਇਹਦੀ। ਮੇਰੇ ਭਾਈ ਨੇ ਬਹੁਤ ਖਿਆਈ ਨਾਲ ਪਾਲਿਆ ਜੀ ਇਹਨੂੰ, ਬਹੁਤ ਕੰਮ ਧੰਦਾ ਕਰਦੇ ਸੀ, ਉਹ 'ਚ ਵਾਹਣ ਵੀ ਖੜ੍ਹਾ ਰਿਹਾ ਸਾਡਾ ਜੀ, ਬਹੁਤ ਅਸੀਂ ਝੱਲਿਆ ਜੀ, ਦੁੱਖ ਬਹੁਤ ਹੈ ਜੀ। ਸਰਕਾਰ ਤੋਂ ਕੀ ਮੰਗਦਾ ਜੀ, ਜਿੰਨੀ ਵੀ ਹੁੰਦੀ ਹੈ ਸਾਡੀ, ਜਿੰਨਾ ਕੁ ਕਰੋ, ਵੱਧ ਤੋਂ ਵੱਧ ਹੀ ਕਰੋ। ਸਾਡਾ ਪੁੱਤਰ ਵਾਪਸ ਆ ਜਿੱਤਾ, ਜਿਹਦਾ ਬਾਹਲੀ ਵੱਡੀ ਗੱਲ ਤਾਂ ਇਹ, ਸਾਡਾ ਪੁੱਤਰ ਹੀ ਦੇ ਦਿਓ ਲੈ, ਤੁਸੀਂ ਮੰਗਾ ਸਾਡਾ ਪੁੱਤ ਵਾਪਸ ਦੇ ਦਿਓ। ਹੋਰ ਕੀ ਆ ਸਾਡੇ ਕੋਲ, ਰਿਹਾ ਕੀ ਆ ਹੁਣ।